ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਗਣਤੰਤਰ ਦਿਵਸ ਦੇ ਮੌਕੇ ਤੇ CAA ਦੇ ਖਿਲਾਫ ਵਿਦਿਆਰਥੀਆਂ ਵੱਲੋਂ ਪ੍ਰੋਟੈਸਟ ਕੀਤਾ ਗਿਆ। ਪੇਸ਼ ਹੈ ਇਸ ਦੀ ਇੱਕ ਰਿਪੋਰਟ। ਰੈਵੋਲੂਸ਼ਨਰੀ ਸਲੂਟ ਐਵਰੀਵਨ। ਟੁਡੇ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਅਲੋਂਗ ਵਿਦ ਅਦਰ ਆਰਗੇਨਾਈਜੇਸ਼ਨਸ ਆਰਗੇਨਾਈਜ਼ਡ ਅ ਪ੍ਰੋਟੈਸਟ ਰੈਲੀ ਇਨ ਚੰਡੀਗੜ੍ਹ ਫਰਮ ਪੰਜਾਬ ਯੂਨੀਵਰਸਿਟੀ ਟੂ ਮਨੀ ਮਾਜਰਾ। ਦਿਸ ਰੈਲੀ ਵਾਸ ਆਰਗੇਨਾਈਜ਼ਡ ਸੋ ਐਸ ਟੂ ਪ੍ਰੋਟੈਕਟ ਦ ਕਨਸਟੀਟਿਊਸ਼ਨਲ ਵੈਲਿਊਜ਼ ਆਫ ਆਰ ਕੰਟਰੀ ਲਾਈਕ ਸੋਸ਼ਲਿਜ਼ਮ, ਡੈਮੋਕ੍ਰੇਸੀ, ਸੈਕੂਲਰਿਜ਼ਮ and in order to fight against the illegal acts such as CAA and NPR NRC and in this rally thousands of students and citizens took part so as to make this rally successful. Thank you. Revolutionary Bureau Report, Punjab News Express TV, Chandigarh to Aarti Sharma.